ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਚੈਨਲ ਗਲੋ ਮੀਡੀਆ। ਮੈਂ ਤੁਹਾਡਾ ਤਰਨਦੀਪ ਸਿੰਘ। ਖਬਰ ਬਠਿੰਡੇ ਤੋਂ ਸਾਹਮਣੇ ਆ ਰਹੀ ਹੈ, ਬਠਿੰਡੇ ਪੁਲਿਸ ਨੇ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਹੈ। ਦਰਅਸਲ ਉਹ ਵਿਦੇਸ਼ੀ ਨੰਬਰਾਂ ਤੋਂ ਲੋਕਾਂ ਨੂੰ ਧਮਕੀਆਂ ਦੇ ਰਿਹਾ ਸੀ। ਦਰਅਸਲ ਇੱਕ ਕਾਂਸਟੇਬਲ ਨੂੰ ਉਸਨੇ ਧਮਕੀ ਦਿੱਤੀ, ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦੀ ਉਸਦੀ ਸ਼ਿਕਾਇਤ ਤੋਂ ਬਾਅਦ ਬਠਿੰਡਾ ਪੁਲਿਸ ਨੇ ਇਸ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਜਿਸ ਤੋਂ ਬਾਅਦ ਇਸ ਨੌਜਵਾਨ ਦਾ ਬਿਆਨ ਸਾਹਮਣੇ ਆਇਆ ਕਿ ਮੈਂ ਤਾਂ ਮਹਿਜ਼ ਮਜ਼ਾਕ ਦੇ ਵਿੱਚ ਉਸ ਨੂੰ ਧਮਕੀ ਦਿੱਤੀ ਸੀ। ਪਰ ਉੱਧਰ ਪੁਲਿਸ ਦਾ ਕਹਿਣਾ ਹੈ ਕਿ ਲਗਾਤਾਰ ਇਸ ਵਿਅਕਤੀ ਦੇ ਵੱਲੋਂ ਵਿਦੇਸ਼ੀ ਨੰਬਰਾਂ ਤੋਂ ਲੋਕਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਪੁਲਿਸ ਦਾ ਕੀ ਕਹਿਣਾ ਹੈ, ਆਓ ਜਾਣਦੇ ਹਾਂ। ਯਾਰ ਕਿਉਂ ਕੀਤਾ ਸੀ? ਕਿਉਂ ਕੀਤਾ ਸੀ? ਫੋਨ ਕਿਉਂ ਕੀਤਾ? ਫੋਨ ਕਰ ਤਾਂ ਕੀਤਾ ਸੀ? ਕਦੋਂ ਫੋਨ ਕਰ ਤਾਂ ਕੀਤਾ? ਫੋਨ ਕੀਤਾ ਸੀ? ਨਹੀਂ ਨਹੀਂ, ਉਹ ਤਾਂ ਮਜ਼ਾਕ ਸੀਗਾ ਜੀ। ਮਜ਼ਾਕ? ਕਿਆ ਮਜ਼ਾਕ ਦਾ ਕੀ ਮਤਲਬ? ਨਹੀਂ, ਉਹਨਾਂ ਨਾਲ ਉਹਦੇ ਨਾਲ ਮੇਰੀ ਲਿਹਾਜ਼ ਸੀਗੀ। ਕਿਹਦੇ ਨਾਲ? ਗੁਰਜੀਤ ਨਾਲ ਜੀ। ਅੱਛਾ, ਹਾਂਜੀ। ਨਹੀਂ ਫਿਰ ਮਜ਼ਾਕ ਕੀਤਾ, ਕੋਈ ਮਜ਼ਾਕ ਵਾਲੀ ਗੱਲ ਨਹੀਂ ਨਾ ਹੈਗੀ। ਹਾਂ, ਉਹ ਦੋ ਤੁਸੀਂ ਐਡਾ ਵੱਡਾ ਧਮਕੀ ਦੇ ਰਹੇ ਹੋ ਵਿਦੇਸ਼ੀ ਨੰਬਰ ਤੋਂ ਕਾਲ ਕਰਕੇ, ਇੱਕ ਮਾਹੌਲ ਕਿਸ ਤਰ੍ਹਾਂ ਦਾ ਰਿਹਾ? ਹਾਂਜੀ ਵੀਰ ਜੀ, ਕੀ ਨਾਮ ਹੈ? ਕੀ ਕਹਿਣਾ ਚਾਹੋਗੇ? ਜਿਹੜਾ ਤੁਸੀਂ ਇੱਕ ਜਿਹੜਾ ਪੁਲਿਸ ਵਿਭਾਗ ਦੇ ਕਰਮਚਾਰੀ ਨੂੰ ਧਮਕੀ ਦਿੱਤੀ ਗਈ ਸੀ, ਉਸ ਬਾਰੇ ਕੀ ਕਾਰਵਾਈ ਕੀਤੀ ਹੈ? ਕੀ ਹੈ? ਇੱਕ ਗੁਰਜੀਤ ਸਿੰਘ ਸਿਪਾਹੀ ਹੈ ਸਾਡੇ, ਆਪਣੇ ਕੋਂਸਟੇਬਲ ਸੀਨੀਅਰ ਸਿਪਾਹੀ ਹੈ, ਕਾਊਂਟਰ ਨੈਲੀਆਂ ਦੇ ਵਿੱਚ। ਉਹਨੇ ਇਤਰਾਹ ਦਿੱਤੀ ਸੀ ਮੈਨੂੰ, ਕਿਸੇ ਬਾਹਰ ਦੇ ਨੰਬਰ ਤੋਂ ਕਾਲ ਆਈ ਹੈ, ਧਮਕੀ ਦਿੱਤੀ ਹੈ ਕਿ ਤੂੰ ਸਾਡੇ ਬੰਦਿਆਂ ਦੇ ਖਿਲਾਫ਼ ਬੋਲਦਾ ਹੈ, ਕੰਮ ਕਰਦਾ ਹੈ, ਕਿ ਤੈਨੂੰ ਜਾਨੋਂ ਮਾਰਾਂਗੇ, ਇੱਦਾਂ ਦੇ ਵਿੱਚ ਆਏ ਸੀ। ਅਸੀਂ ਫਿਰ ਉਹਦੇ ਬਿਆਨ 'ਤੇ ਮੁਕੱਦਮਾ ਦਰਜ ਕਰ ਲਿਆ, ਅਤੇ ਮੁਕੱਦਮਾ ਦਰਜ ਕਰਕੇ ਜਿਹੜੇ ਅਕਿਊਜ ਸੀਗਾ, ਜਿਹੜੇ ਬੰਦੇ ਦਾ ਨਾਂ ਦੱਸਿਆ ਉਹਨੂੰ, ਉਹਨੂੰ ਅਸੀਂ ਅਰੈਸਟ ਕਰ ਚੁੱਕੇ ਹਾਂ। ਨੰਬਰ ਉਹਦੇ ਦੱਸਣ ਮੁਤਾਬਕ ਤਾਂ ਪਾਕਿਸਤਾਨ ਦਾ ਦੱਸਦਾ ਹੈ ਕੋਈ, ਪਰ ਉਹ ਅਸੀਂ ਹਜੇ ਇਨਵੈਸਟੀਗੇਸ਼ਨ ਦਾ ਪਾਰਟ ਦੇਖ ਰਹੇ ਹਾਂ, ਉਹਨੂੰ ਕਰ ਰਹੇ ਹਾਂ, ਖੰਗਾਲ ਰਹੇ ਹਾਂ, ਜੋ ਵੀ ਹੈ ਉਹਦਾ ਹਜੇ ਇਨਵੈਸਟੀਗੇਸ਼ਨ ਲਵਾਂਗੇ। ਉਹਦੇ ਕਾਰਨ ਕੀ ਰਿਹਾ ਜੀ ਜਿਹੜੀ ਉਹਨੂੰ ਥ੍ਰੈਟ ਕੀਤਾ ਗਿਆ ਪੁਲਿਸ ਮੁਲਾਜ਼ਮ? ਬਸ ਦੇਖੋ, ਹਜੇ ਤਾਂ ਧਮਕੀ ਗਾਂ, ਇਨਵੈਸਟੀਗੇਸ਼ਨ 'ਚ ਵੇਖਦੇ ਹਾਂ, ਪੁੱਛਗਿੱਛ ਰਿਮਾਂਡ ਰਮੂੰਡ ਲੈ ਕੇ ਦਾ, ਅਤੇ ਫਿਰ ਉਹਦਾ ਕਰਾਂਗੇ ਗਾਂ ਖਾਸਾ, ਦੇਖਦੇ ਹਾਂ ਕੀ ਬਣ ਰਿਹਾ ਗਾਂ, ਇਹਦਾ ਰਿਮਾਂਡ ਵਗੈਰਾ ਲਵਾਂਗੇ। ਹਾਂ, ਸਿੰਗਲ ਵਿਅਕਤੀ ਦੇ ਖਿਲਾਫ਼ ਉਹਨੇ ਦਿੱਤੀ ਦਰਖਾਸਤ, ਆਪਣੇ ਜਿਹੜਾ ਕੰਪਲੇਂਟ ਕੀਤੀ ਹੈ ਉਹਦੇ 'ਤੇ ਅਸੀਂ ਐੱਫ ਆਈ ਆਰ ਕੀਤੀ ਹੈ। ਕਿਹੜੀ ਧਾਰਾ ਮਾਲਾ ਇਹ ਹੈਗਾ ਜੀ? 387, 506, 507, ਇਹ ਆਈ ਪੀ ਸੀ, ਅਤੇ ਸਾਡਾ ਹੈ ਮੁਕੱਦਮਾ ਨੰਬਰ, ਮੁਕੱਦਮਾ ਨੰਬਰ 156 ਜੀ, ਕੱਲ੍ਹ ਦੀ ਡੇਟ ਦੇ ਵਿੱਚ। ਨਹੀਂ, ਹਜੇ ਤਾਂ ਉਹ ਅਸੀਂ ਕਰ ਰਹੇ ਹਾਂ, ਕਰਕੇ ਉਹਦਾ ਰਿਮਾਂਡ ਕਰਦੇ ਹਾਂ ਅਪਲਾਈ, ਉਹ ਤੋਂ ਬਾਅਦ ਜੋ ਵੀ ਹੈ ਦੇਖਿਆ ਜੀ।